ਤੇ ਜਿਸ ਟਾਈਮ ਮੈਂ ਅੰਦਰ ਐਂਟਰ ਹੋਇਆ ਤੇ ਟਰਾਂਸਲੇਟਰ ਮੇਰੇ ਨਾਲ ਸੀਗਾ, ਤੇ ਹਾਂਜੀ ਮੈਂ ਅੰਦਰ ਗਿਆ ਤੇ ਦੋ ਚਾਰ ਫੈਮਲੀਆਂ ਸੀਗੀਆਂ ਨਾਲ, ਉੱਥੇ ਬੈਠੀਆਂ ਸੀਗੀਆਂ ਨਾ, ਤੇ ਇੱਕ ਸਿੰਗਲ ਪਰਸਨ ਵੀ ਸੀਗਾ ਨਾ। ਤੇ ਜਦੋਂ ਸਾਡਾ ਨਾਮ ਅਨਾਊਂਸ ਕੀਤਾ ਗਿਆ ਤੇ ਮੈਂ ਅੰਦਰ ਐਂਟਰ ਹੋਇਆ 10 ਨੰਬਰ ਕੈਬਿਨ 'ਚ। ਹਾਂਜੀ ਤੇ ਜਦੋਂ ਮੈਂ ਗਿਆ ਤੇ ਉਹਨੇ ਪਹਿਲਾਂ ਪੁੱਛਿਆ ਕਿ ਇੰਟਰਵਿਊ ਕਿਹੜੀ ਲੈਂਗੁਏਜ 'ਚ ਦਉਂਗੇ, ਤੇ ਮੈਂ ਕਿਹਾ ਮੈਂ ਪੰਜਾਬੀ 'ਚ। ਤੇ ਉਹਨੇ ਫਿਰ ਉਹਨੂੰ ਬਾਹਰ ਕੱਢਤਾ ਟਰਾਂਸਲੇਟਰ ਨੂੰ, ਉਸੀ ਟਾਈਮ ਉਹਨੂੰ ਕਹਿੰਦੇ ਤੁਸੀਂ ਬਾਹਰ ਜਾਓ ਹੈ ਨਾ। ਤੇ ਸਰ ਸੀਗੇ ਵੈਸੇ ਵਧੀਆ ਪੰਜਾਬੀ ਜਾਣਦੇ ਹੈਗੇ, ਤੇ ਉਹਨੇ ਪੰਜਾਬੀ 'ਚ ਗੱਲ ਕੀਤੀ ਮੇਰੇ ਨਾਲ ਸਾਰੀ। That's good. ਹਾਂਜੀ That's good. ਕਿਹੜੇ ਕਿਹੜੇ ਆਪਣੇ ਇਸ਼ੂ ਤੇ ਉਹਨਾਂ ਨੇ ਜ਼ਿਆਦਾ ਫੋਕਸ ਕੀਤਾ, ਮਤਲਬ ਕਿ ਮੈਰਿਜ, ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ, ਮੈਰਿਜ ਫੋਟੋਸ, ਮੈਰਿਜ ਕਿਵੇਂ ਹੋਈ, ਕਿਸ ਤਰ੍ਹਾਂ ਹੋਈ, ਕਿਸ ਕਿਸ ਰੀਜ਼ਨ ਕਰਕੇ ਉਹਨਾਂ ਨੇ ਤੁਹਾਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ? ਹਾਂਜੀ ਸਰ, ਉਹਨੇ ਨਾ ਸਭ ਤੋਂ ਪਹਿਲਾਂ ਤਾਂ ਪਾਸਪੋਰਟ ਮੰਗੇ ਮੇਰੇ। ਹਾਂ ਮੈਂ ਆਪਣਾ ਪਾਸਪੋਰਟ ਦਿੱਤਾ ਤੇ ਉਹਨੇ ਕਿਹਾ ਦੂਸਰਾ ਪਾਸਪੋਰਟ ਹੈਗਾ ਕੋਲ? ਮੈਂ ਕਿਹਾ ਜੀ ਹੈਗਾ ਹੈ ਨਾ। ਤੇ ਮੈਂ ਦੋਨੇ ਪਾਸਪੋਰਟ ਦਿਖਾਏ ਤੇ ਉਹਨੇ ਪਹਿਲਾਂ ਪੁੱਛਿਆ ਤੁਸੀਂ ਪਹਿਲਾਂ ਬਾਹਰ ਕਿਤੇ ਟਰੈਵਲ ਕੀਤਾ ਆ? ਤੇ ਮੈਂ ਕਿਹਾ ਨਹੀਂ ਸਰ, ਹੈ ਨਾ। ਚਲੋ 2-3 ਵਾਰ ਉਹਨੇ ਗੱਲ ਪੁੱਛੀ ਇਹ, ਮੈਂ ਕਿਹਾ ਨਹੀਂ ਕੀਤਾ ਨਾ। ਉਸ ਤੋਂ ਬਾਅਦ ਫਿਰ ਸਾਰੀ ਡਿਸਕਸ਼ਨ ਹੋਈ ਬਾਈਕ ਦੇ ਮੁੱਦੇ ਤੇ। ਉਹਨੇ ਫਿਰ ਪਹਿਲਾਂ ਪੁੱਛਿਆ ਕਿ ਬਾਈਕ ਤੇਰੀ ਕਿੱਥੇ ਰਹਿੰਦੇ ਆ? ਹਾਂਜੀ ਮੈਂ ਉਹ ਦੱਸਿਆ ਜੀ ਕਿੱਥੇ ਰਹਿੰਦੇ ਆ ਨਾ। ਤੇ ਫਿਰ ਉਹਨੇ ਪੁੱਛਿਆ ਕਿ ਉਹ ਕਦੋਂ ਗਏ ਬਾਹਰ? ਮੈਂ ਉਹ ਡੇਟ ਦੱਸੀ ਕਦੋਂ ਗਏ ਆ ਨਾ। ਤੇ ਫਿਰ ਉਹਨੇ ਮੇਰੇ ਤੋਂ ਪੁੱਛਿਆ ਕਿ ਕੰਮ ਕਿੱਥੇ ਕਰਦੇ ਆ? ਹਾਂਜੀ ਮੈਂ ਕੰਪਨੀ ਦਾ ਨਾਮ ਦੱਸਿਆ ਤੇ ਉਹਨੇ ਕਿਹਾ ਕਿ ਤੁਹਾਡੇ ਕੋਲ ਪੇਪਰ ਹੈ ਕੋਈ, ਜੋਬ ਲੈਟਰ ਹੈ ਉਹਨਾਂ ਦੀ? ਮੈਂ ਦਿਖਾਈ ਉਹਨਾਂ ਨੂੰ, ਤੇ ਜੋਬ ਲੈਟਰ ਸੀਗੀ ਨਾਲ ਪੇ ਸਲਿੱਪਾਂ ਸੀਗੀਆਂ ਨਾ, ਉਹਨੇ ਸਾਰਾ ਚੈੱਕ ਕੀਤਾ ਨਾ। ਚੈੱਕ ਕਰਕੇ ਤੇ ਫਿਰ ਮੈਨੂੰ ਉਹਨੇ ਕਿਹਾ ਕਿ ਤੇਰੀ ਮੈਰਿਜ ਕਦੋਂ ਹੋਈ ਆ? ਨਾਲੇ ਟਾਈਪਿੰਗ ਕਰੀ ਜਾਂਦੀ ਸੀ ਨਾਲ ਨਾ। ਤੇ ਮੈਂ ਡੇਟ ਦੱਸੀ ਆਪਣੀ ਮੈਰਿਜ ਦੀ ਨਾ। ਜਦੋਂ ਮੈਂ ਡੇਟ ਸਹੀ ਦੱਸੀ ਤਾਂ ਉਹਨੇ ਜਾਣ ਕੇ ਗਲਤ ਬੋਲੀ ਇੱਕ ਵਾਰ, ਤੇ ਮੈਂ ਕਿਹਾ ਸਰ ਇਹ ਨਹੀਂ ਦੂਸਰੀ ਡੇਟ ਹੈ ਜਿਹੜੀ ਮੈਂ ਦੱਸੀ ਹੈ ਨਾ। ਕਹਿੰਦੇ ਓਕੇ, ਜੋਬ ਲੈਟਰ ਦੇਖ ਕੇ ਤੇ ਪੇ ਸਲਿੱਪਾਂ ਨੂੰ ਚੈੱਕ ਕੀਤੀਆਂ। ਤੇ ਦਰਅਸਲ ਮੈਨੂੰ ਵੀ ਨਹੀਂ ਯਾਦ ਸੀਗਾ ਵਾਈਫ ਦੀ ਨਾ, ਮਾਰਚ ਵਿੱਚ ਜਦੋਂ ਫਰਵਰੀ 'ਚ ਵਾਈਫ ਵਾਪਸ ਗਏ ਇੰਡੀਆ ਤੋਂ, ਤੇ ਮਾਰਚ ਵਿੱਚ ਉਹਨਾਂ ਦੀ ਪੇ ਵਧੀ ਸੀਗੀ $400-500 ਨਾ। ਪਰ ਮੈਨੂੰ ਕਹਿੰਦੇ ਮਾਰਚ ਵਿੱਚ ਪੇ ਕਾਹਤੋਂ ਘੱਟ ਗਈ? ਮੈਂ ਕਿਹਾ ਸਰ ਘਟੀ ਨਹੀਂ, ਤੇ ਪੇ 19 ਹੋਣੀ ਚਾਹੀਦੀ, ਜਨਵਰੀ ਫਰਵਰੀ 'ਚ ਘਟਣੀ ਚਾਹੀਦੀ ਕਿ ਵਾਈਫ 15-20 ਦਿਨ ਇੱਥੇ ਰਹੇ ਆ। ਤੇ ਕਹਿੰਦੇ ਨਹੀਂ ਘੱਟੀ ਹੋਊਗਾ ਨਾ। ਤੇ ਮੈਂ ਸੋਰੀ ਕਰਨਾ, ਸੋਰੀ ਸਰ ਮੈਂ ਚੈੱਕ ਨਹੀਂ ਕੀਤੀ ਨਾ। ਚਲੋ ਫਿਰ ਉਹਨੇ ਮੈਨੂੰ ਪੁੱਛਿਆ ਕਿ ਵਾਈਫ ਤੇਰੇ ਰਹਿੰਦੇ ਕਿੱਥੇ ਆ, ਕਿੱਦਾਂ ਦਾ ਘਰ ਆ? ਤੇ ਘਰ ਆ ਜਾਂ ਅਪਾਰਟਮੈਂਟ ਆ? ਮੈਂ ਦੱਸਿਆ ਜੀ ਘਰ ਆ। ਕਹਿੰਦਾ ਘਰ 'ਚ ਮਤਲਬ ਉੱਪਰ ਰਹਿੰਦੇ ਕਿ ਬੇਸਮੈਂਟ? ਮੈਂ ਕਿਹਾ ਜੀ ਬੇਸਮੈਂਟ 'ਚ ਰਹਿੰਦੇ ਆ ਨਾ। ਤੇ ਫਿਰ ਬੇਸਮੈਂਟ ਦਾ ਬਾਰੇ ਪੁੱਛਿਆ ਗਿਆ, ਬੇਸਮੈਂਟ ਕਿੱਦਾਂ ਆ, ਐਂਟਰੀ ਕਿਸ ਹਿਸਾਬ ਦੀ ਆ ਨਾ, ਤੇ ਕਿੰਨੇ ਰੂਮ ਆ ਵਿੱਚ? ਫਿਰ ਮੈਂ ਸਾਰਾ ਦੱਸਿਆ ਜੀ, ਐਂਟਰੀ 'ਚੋਂ ਥੱਲੇ ਨੂੰ ਪੌੜੀ ਜਾਂਦੀ ਹੈ ਤੇ 2 ਰੂਮ ਆ ਨਾ, ਕਿੰਨੀਆਂ ਕੁੜੀਆਂ ਰਹਿੰਦੀਆਂ, ਮੈਂ ਉਹ ਵੀ ਦੱਸਿਆ ਜੀ। ਤੇ ਮੈਨੂੰ ਗਰੋਸਰੀ ਬਾਰੇ ਪੁੱਛਿਆ ਗਿਆ ਕਿ ਗਰੋਸਰੀ ਸਾਂਝੀ ਕਰਦੀਆਂ ਜਾਂ ਇਕੱਲੀ ਕਰਦੀ ਹੈ ਨਾ, ਪੰਜਾਬੀ 'ਚ ਗੱਲ ਕਰਦੇ ਮੈਂ ਨਾ, ਮੈਂ ਦੱਸਿਆ। ਤੇ ਦੁਬਾਰਾ ਫਿਰ ਇੱਕਦਮ ਮੈਰਿਜ 'ਤੇ ਆ ਗਿਆ, ਤੇ ਜਾਣ ਕੇ ਮੈਰਿਜ ਦੀ ਗਲਤ ਡੇਟ ਦੱਸੀ ਉਹਨੇ ਕਿ ਹਾਂ ਵੀ ਤੇਰੀ 19 ਤਰੀਕ ਨੂੰ ਮੈਰਿਜ ਹੋਈ ਆ। ਮੈਂ ਕਿਹਾ ਨਹੀਂ ਜੀ, ਮੈਂ ਜਿਹੜੀ ਸਹੀ ਸੀ ਉਹ ਦੱਸੀ ਗਈ ਹੈ ਨਾ। ਚਲੋ ਫਿਰ ਇਸ ਪੁੱਛ ਕੇ ਫਿਰ ਕਹਿੰਦੇ ਤੁਹਾਡੇ ਕੋਲ ਆਪਣੇ ਡਾਕੂਮੈਂਟ ਮੰਗੇ ਵਾਈਫ ਦੇ, ਵਰਕ ਪਰਮਿਟ ਦਿਓ ਕਹਿੰਦੇ ਹੈ ਨਾ। ਚਲੋ ਮੈਂ ਵਰਕ ਪਰਮਿਟ ਦਿੱਤਾ ਉਹਨਾਂ ਨੂੰ, ਤੇ ਵਰਕ ਪਰਮਿਟ ਦਿੱਤਾ। ਫਿਰ ਉਹਨੂੰ ਡੇਟ ਪੁੱਛੀ ਵਰਕ ਪਰਮਿਟ 19 ਤਰੀਕ ਤੱਕ ਆ ਨਾ, ਤੂੰ ਮੈਂ ਸਹੀ ਦੱਸੀ। ਜਦੋਂ ਮੈਂ ਸਹੀ ਦੱਸੀ ਨਾਲੇ ਉਹਨੇ ਫਿਰ ਗਲਤ ਬੋਲਤੀ। ਅੱਛਾ ਹਾਂਜੀ ਹਾਂ। ਤੇ ਇਹ ਪੁੱਛਿਆ ਕਿ ਉਹ ਮੋਂਟਰੀਅਲ ਤੋਂ ਵਿਨੀਪੈਗ ਮੂਵ ਕਾਹਤੋਂ ਹੋਏ ਆ? ਅੱਛਾ ਹਾਂ, ਮੈਂ ਦੱਸਿਆ। ਮੈਂ ਉੱਥੇ ਉਹਨਾਂ ਨੂੰ ਜਿਹੜਾ ਕੋਰਸ ਕੀਤਾ ਸੀ ਜੋਬ ਨਹੀਂ ਮਿਲਦੀ ਤੀ, ਤੇ ਉਹ ਜੋਬ ਉਹਨਾਂ ਦੀ ਫਰੈਂਡ ਪਹਿਲੇ ਵਿਨੀਪੈਗ ਸੀ, ਉਹ ਕਹਿੰਦੀ ਇੱਥੇ ਆ ਜਾ, ਚਲੋ ਜੋਬ ਇੱਥੇ ਮਿਲ ਜੂਗੀ ਨਾ। ਤੇ ਮੈਂ ਇਸ ਲਈ ਮੂਵ ਹੋਏ ਆ ਨਾ। ਤੇ ਫਿਰ ਕਹਿੰਦੇ 19 ਤਰੀਕ ਨੂੰ ਹੋਏ ਆ? ਮੈਂ ਜਦੋਂ ਸਹੀ ਤਰੀਕ ਦੱਸੀ ਨਾਲ ਹੀ ਫਿਰ ਗਲਤ ਦੱਸਤੀ ਉਹਨੇ, ਤੁਹਾਨੂੰ ਕਨਫਿਊਜ਼ ਕਰਨ ਲਈ ਜਾਣ। ਹਾਂ ਹਾਂ ਬਿਲਕੁਲ ਬਿਲਕੁਲ ਜੀ। ਤੇ ਮੈਂ ਫਿਰ ਸਹੀ ਦੱਸੀ ਉਹਨਾਂ ਨੂੰ, ਮੈਂ ਕਿਹਾ ਨਹੀਂ ਸਰ ਇਸ ਡੇਟ ਨੂੰ ਹੋਏ ਆ ਨਾ। ਚਲੋ ਠੀਕ ਆ। ਤੇ ਫਿਰ ਪੁੱਛਿਆ ਕਿ ਜੋਬ 'ਤੇ ਕਿੱਦਾਂ ਜਾਂਦੇ ਆ? ਤੇ ਮੈਂ ਟੈਕਸੀ ਕਹਿਣਾ ਸੀ ਮੇਰੇ ਵਾਂਗੂ, ਕਾਰ 'ਚ ਨਿਕਲ ਗਏ, ਕਾਰ ਨਿਕਲ ਗਿਆ ਜਿੱਦਾਂ। ਤੇ ਫਿਰ ਕਹਿੰਦੇ ਕਾਰ ਉਹਨਾਂ ਕੋਲ ਆਪਣੀ ਆ? ਮੈਂ ਕਿਹਾ ਨਹੀਂ ਸਰ ਟੈਕਸੀ ਜਾਂਦੇ ਆ, ਉਬਰ 'ਚ ਜਾਂਦੇ ਆ ਨਾ। ਫਿਰ ਪੁੱਛਿਆ ਕਿ ਆਉਂਦੇ ਕਿੱਦਾਂ ਆ? ਮੈਂ ਦੱਸਿਆ ਆਪਣੇ ਫਰੈਂਡਾਂ ਨਾਲ ਆਏ ਨੇ, ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨਾਲ। ਤੇ ਫਿਰ ਮੈਨੂੰ ਪੁੱਛਿਆ ਕਿ ਉਹਨਾਂ ਦਾ ਕੋਰਸ ਕਿਹੜਾ ਸੀ? ਦੋਨੇ ਕੋਰਸਾਂ ਬਾਰੇ ਪੁੱਛਿਆ ਗਿਆ।
ਮੈਂ ਦੱਸਿਆ ਪਹਿਲਾ ਕੋਰਸ ਕਿਹੜਾ ਤੇ ਦੂਜਾ ਕਿਹੜਾ ਹੈ ਨਾ, ਤੇ ਉਹਨੇ ਨਾਂ ਦੱਸੇ ਹੈ ਨਾ, ਤੇ ਕੋਰਸ ਦੱਸੇ ਤੇ ਫਿਰ ਬਾਅਦ ਵਿੱਚ ਦੁਬਾਰਾ ਫੀ ਮੈਰਿਜ ਵਾਲੀ ਗੱਲ ਤੇ ਆ ਗਏ। ਅੱਛਾ ਤੇਰੀ ਮੈਰਿਜ ਕਿੰਨ ਤਰੀਕ ਨੂੰ ਹੋਈ ਸੀ ਨਾ, ਫਿਰ ਮੈਂ ਦੱਸੀ ਨਾ। ਭੁਪਿੰਦਰ ਸਿੰਘ ਗੁਰਦੇਵ, ਤੁਹਾਨੂੰ ਮੈਂ ਇੱਕ ਮਿੰਟ ਹੋ ਗਿਆ, ਇਹ ਤੁਹਾਡੇ ਜਿਹੜੇ ਸੈਕਿੰਡ ਐਪਲੀਕੇਸ਼ਨ ਹੈ ਨਾ, ਤੁਸੀਂ ਇੱਕ ਵਾਰ ਰਿਫਿਊਜ਼ ਹੋ ਚੁੱਕੇ ਹੋ ਇਸ ਤੋਂ ਜ਼ਿਆਦਾ ਪਹਿਲਾਂ? ਤਿੰਨ ਵਾਰ ਹੋ ਚੁੱਕਾ ਜੀ। ਤੁਸੀਂ ਤਿੰਨ ਵਾਰ ਰਿਫਿਊਜ਼ ਹੋ ਚੁੱਕੇ ਹੋ ਤੇ ਇਹ ਚੌਥੀ ਐਪਲੀਕੇਸ਼ਨ ਸੀਗੀ? ਚੌਥੀ ਤੁਹਾਡੇ ਤੋਂ ਲਵਾਈ ਹੁੰਦੀ ਸਰ ਜੀ, ਚੌਥੀ ਸਾਡੇ ਤੋਂ ਲਗਵਾਈ ਹੈ। ਲਾਸਟ ਟਾਈਮ ਜਿਹੜੇ ਮੈਂ ਮੇਰੇ ਕੋਲ ਕੇਸ ਤੁਹਾਡੇ ਹੈ ਜਿਹੜੇ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਵੀ ਮੈਰਿਜ ਦੀ ਸਰਕਮਸਟਾਂਸਿਸ ਜਿਹੜੇ ਡਾਊਟਫੁਲ ਹੈ, ਪੁਰਾਣੀ ਰਿਫਿਊਜ਼ਲ ਦੀ, ਕਿਉਂਕਿ ਉਸ ਵਿੱਚ ਕਾਫੀ ਕੁਛ ਗੈਸਟ ਥੋੜ੍ਹੇ ਗੈਸਟ ਨਜ਼ਰ ਆ ਰਹੇ ਹੈ ਅਤੇ ਸੈਰੇਮਨੀ ਵੀ ਪ੍ਰੋਪਰ ਹੋਈ ਨਹੀਂ ਹੈ, ਅਤੇ ਬਾਕੀ ਤੁਹਾਡੇ ਜਿਹੜੇ ਐਸਿਟਸ ਐਂਡ ਫੰਡਸ ਵੀ ਤੁਹਾਡੇ ਸਵਾਲੇ ਨਿਸ਼ਾਨ ਲਗਾਇਆ ਤਾ, ਤੁਹਾਡੇ ਕੋਲ ਫੰਡਸ ਵੀ ਨਹੀਂ ਹੈ, ਸ਼ਾਇਦ ਇਨਕਮ ਵੀ ਘੱਟ ਹੈ। ਸੋ ਇਸ ਕਰਕੇ ਉਹਨਾਂ ਨੇ ਤੁਹਾਨੂੰ, ਮਤਲਬ ਕਿ ਦੋਨੋਂ ਹੀ ਜਿਹੜੇ ਮੇਜਰ ਜਿਹੜੇ ਤੁਹਾਡੇ ਹੈ ਜਿਹੜੇ ਸਪਾਊਸ ਵੀਜ਼ਾ ਦੇ, ਇੱਕ ਤਾਂ ਰਿਲੇਸ਼ਨਸ਼ਿਪ, ਦੂਸਰਾ ਹੈ ਇਨਕਮ, ਦੋਨਾਂ 'ਚ ਉਹਨਾਂ ਨੇ ਤੁਹਾਨੂੰ ਪਹਿਲਾਂ ਉਹ ਕਮਜ਼ੋਰੀ ਕਰਕੇ ਰਿਫਿਊਜ਼ ਕਰ ਚੁੱਕੇ ਹੈ, ਅਤੇ ਹੁਣ ਇਸ ਵਾਰ ਇਹ ਤਾਂ ਸਾਰੇ ਕੁਐਸਚਨਸ ਹੋ ਗਏ ਮੈਰਿਜ ਪ੍ਰੂਫ ਦੇ। ਮਨੀ ਦੇ ਬਾਰੇ, ਫੰਡ ਦੇ ਬਾਰੇ ਕੀ ਪੁੱਛਿਆ ਉਹਨਾਂ ਨੇ? ਫੰਡ ਬਾਰੇ ਮੈਨੂੰ ਪੁੱਛਿਆ ਗਿਆ ਜੀ, ਆਪਣੇ ਤੁਸੀਂ ਕੀ ਕੰਮ ਕਰਦੇ ਆ ਨਾ? ਮੈਂ ਕਿਹਾ ਜੀ ਮੈਂ ਖੇਤੀ ਕਰਦਾ। ਕਹਿੰਦੇ ਕਿੰਨੇ ਖੇਤ ਆ? ਮੈਂ ਦੱਸਿਆ 16-17 ਖੇਤ ਆ ਨਾ। ਕਹਿੰਦੇ ਤੁਹਾਡੇ ਆਪਣੇ ਆ? ਮੈਂ ਕਿਹਾ ਹਾਂਜੀ ਆਪਣੇ ਆ। ਕਹਿੰਦੇ ਤੁਹਾਡੇ ਨਾਂ ਤੇ ਆ? ਮੈਂ ਕਿਹਾ ਨਹੀਂ ਜੀ, ਮੈਂ ਕਿਹਾ 5 ਖੇਤ ਮੇਰੇ ਨਾਂ ਤੇ ਆ, ਬਾਕੀ 7-8 ਡੈਡੀ ਦੇ ਨਾਂ ਤੇ, ਕੁਛ ਦਾਦੀ ਦੇ ਨਾਂ ਤੇ ਨਾ। ਤੇ ਕਹਿੰਦੇ ਕਿਸ ਚੀਜ਼ ਦੀ ਖੇਤੀ ਕਰਦੇ ਆ? ਮੈਂ ਦੱਸਿਆ ਝੋਨਾ ਕਣਕ ਤੇ ਸਬਜ਼ੀ ਲਗਾਉਂਦੇ ਆ ਨਾ। ਤੇ ਮੇਰੇ ਕੋਲ ਡਾਕੂਮੈਂਟ ਸਾਰੇ ਸੀਗੇ ਕੋਲ, ਮੈਂ ਰਜਿਸਟਰੀ ਵਗੈਰਾ ਸਭ ਕੋਲ ਲੈ ਗਿਆ ਸੀ ਨਾ, ਜੋ ਫਰਜ਼ ਵਗੈਰਾ ਹੁੰਦੀ ਹੈ ਨਾ, ਪਾਵਰ ਆਫ ਅਟੋਰਨੀ ਸਾਰੇ ਸੀਗੇ, ਪਰ ਉਹਨੇ ਕੁਛ ਨਹੀਂ ਮੰਗਿਆ। ਤੇ ਫਿਰ ਮੈਨੂੰ ਪੁੱਛੀ ਗਈ ਇਨਕਮ ਕਿੰਨੀ ਆ? ਮੈਂ ਕਿਹਾ ਜੀ 10-12 ਲੱਖ ਸਾਲ ਦੀ ਹੈ ਨਾ, ਕਿਉਂਕਿ ਮੈਂ ਰਿਟਰਨਾਂ ਦੇ ਹਿਸਾਬ ਨਾਲ ਹੈ ਨਾ, ਜਿਹੜੀ ਰਿਟਰਨ ਭਰੀ ਸੀਗੀ ਉਹਦੇ ਹਿਸਾਬ ਨਾਲ ਦੱਸਿਆ। ਮੈਂ ਕਿਹਾ 10-12 ਲੱਖ ਸਾਲ ਦੀ। ਫਿਰ ਹੋਰ ਇਸ ਬਾਰੇ ਕੋਈ ਗੱਲ ਨਹੀਂ ਪੁੱਛੀ ਗਈ। ਹਾਂਜੀ, ਇਹ ਮੈਨੂੰ ਉਹਨੇ ਫੋਟੋਆਂ ਨੂੰ ਕਿਹਾ, ਕਹਿੰਦੇ ਵਿਆਹ ਦੀਆਂ ਫੋਟੋਆਂ ਦਿਖਾਓ ਮੇਰੇ ਕੋਲ। ਸਰ ਦੋਨਾਂ ਸਾਈਡ ਦੀ ਐਲਬਮ ਸੀਗੀਆਂ। ਮੈਂ ਉਹਨਾਂ ਨੂੰ ਪੁੱਛਿਆ ਸਰ ਕਿਹੜੀ ਦਿਖਾਵਾਂ, ਆਪਣੀ ਜਾਂ ਉਹਨਾਂ ਦੀ? ਉਹਨਾਂ ਦੀ ਉੱਪਰ ਪਈ ਸੀ, ਕਹਿੰਦੇ ਉਹਨਾਂ ਦੀ ਦਿਖਾ ਦੇ। ਸਰ ਮੈਂ ਇਹ ਗੱਲ ਦੇਖੀ, ਉਹਦੀ ਨਾ ਫੁੱਲ ਐਲਬਮ ਦੇਖੀ ਸਾਰੀ। ਜਦੋਂ ਸੈਂਟਰ 'ਚ ਗਏ ਤਾਂ ਮੈਨੂੰ ਕਹਿੰਦੇ ਥੋੜ੍ਹੇ ਜਿਹੇ ਪੇਜ ਲੱਦ ਦੇ। ਮੈਂ 4-5 ਪੇਜ ਲੱਦ ਦੇ ਨਾ, 4-5 ਸੀਗੇ। ਅਤੇ ਉਹਨੇ ਸਾਰੀ ਐਲਬਮ ਟੋਟਲ ਬੜੀ ਬਰੀਕੀ ਨਾਲ ਦੇਖੀ ਆ। ਅਤੇ ਫਿਰ ਮੈਨੂੰ ਪੁੱਛਿਆ ਗਿਆ ਤੇਰੇ ਫਾਦਰ ਸਾਹਿਬ ਆ? ਉਹਨੇ ਫੋਟੋ ਪਛਾਣ ਲਈ ਉਹਨੇ ਕਿਸੇ ਤਰੀਕੇ ਨਾਲ, ਮੈਨੂੰ ਨਹੀਂ ਪਤਾ ਨਾ। ਮੈਂ ਕਿਹਾ ਹਾਂਜੀ। ਅਤੇ ਫਿਰ ਉਹਨੇ ਇਹ ਇੱਦਾਂ ਕੁਛ ਨਹੀਂ ਪੁੱਛਿਆ ਕਿ ਆਹ ਬੰਦਾ ਕੌਣ ਹੈ ਜਾਂ ਬੈਕ ਕਰ ਫੋਟੋਆਂ ਨਾ, ਸਾਰੀ ਐਲਬਮ ਦੇਖੀ ਆ ਦੇਖ ਕੇ। ਅਤੇ ਕਹਿੰਦੇ ਹੁਣ ਦਿਖਾ ਵਿਆਹ ਤੋਂ ਬਾਅਦ ਦੀ ਕੋਈ ਹੈ ਨਾ। ਅਤੇ ਮੇਰੇ ਕੋਲ 5 ਐਲਬਮਾਂ ਛੋਟੀਆਂ ਸੀ, 200-200 ਫੋਟੋ ਵਾਲੀਆਂ, ਵਿਆਹ ਤੋਂ ਪਹਿਲਾਂ ਵਾਲੀ ਅਤੇ ਬਾਅਦ ਵਾਲੀਆਂ। ਮੈਂ ਲਾਸਟ ਵਾਲੇ ਟ੍ਰਿਪ ਜਿਹੜਾ ਸੀਗਾ ਨਾ 2022 ਦਾ, ਮੈਂ ਉਹ ਐਲਬਮ ਕੱਢੀ, ਉਹ ਐਲਬਮ ਸਾਰੀ ਦੇਖੀ। ਅਤੇ ਨਾਲ ਨਾਲ ਮੈਂ ਦੱਸੀ ਗਿਆ ਕਿ ਅਸੀਂ ਫਲਾਣੇ ਥਾਂ ਗਏ ਸੀ, ਅਸੀਂ ਇੱਥੇ ਗਏ ਸੀ ਨਾ, ਜਿੱਥੇ ਜਿੱਥੇ ਗਏ ਮੈਂ ਦੱਸੀ ਗਿਆ ਨਾ ਸਾਰਾ। ਅਤੇ ਜਿਹੜੀ ਪਿਆ ਵਾਲੀ ਐਲਬਮ ਦੇਖੀ ਮੈਂ ਉਹ ਵੀ ਦੱਸੀ ਗਿਆ ਉਹਨਾਂ ਨੂੰ ਕਿ ਆਹ ਇਸ ਫੰਕਸ਼ਨ ਦੀ, ਇਸ ਫੰਕਸ਼ਨ ਦੀ ਆ। ਸੋ ਸਾਰੀ ਐਲਬਮ ਦੇਖੀ ਉਹਨੇ, ਦੋਨੇ ਦੇਖੀਆਂ, ਚੈੱਕ ਕੀਤੀਆਂ, ਕਹਿੰਦੇ ਓਕੇ ਰੱਖਦੇ ਹੈ ਨਾ, ਕੋਈ ਗੱਲ ਨਹੀਂ। ਲਾਸਟ ਵਿੱਚ ਦੇਖੀ ਸੀ ਐਲਬਮ, ਜੇ ਇੰਟਰਵਿਊ ਖਤਮ ਹੋਣ ਲੱਗੀ ਸੀ, ਤੇ ਦੇਖ ਕੇ ਫਿਰ ਉਹਨੇ ਮੈਨੂੰ ਕਿਹਾ ਸੀਗਾ ਓਕੇ ਗੋਡਿਆ, ਚੱਲ ਤੇਰੀ ਇੰਟਰਵਿਊ ਖਤਮ ਹੋ ਗਈ ਆ। ਤੇ ਮੈਂ ਆਪਣਾ ਸਮਾਨ ਸਾਰਾ ਪੈਕ ਕੀਤਾ ਜਿਹੜਾ ਕੋਲ ਬਾਹਰ ਕੱਢ ਕੇ ਰੱਖਿਆ ਸੀ ਨਾ, ਤੇ ਮੈਨੂੰ 2-3 ਮਿੰਟ ਲੱਗ ਗਏ। ਤੇ ਜਦੋਂ ਮੈਂ ਪੈਕ ਕੀਤਾ ਤੇ ਫਿਰ ਮੈਂ ਪੁੱਛਿਆ, ਮੈਂ ਕਿਹਾ ਸਰ ਤੁਸੀਂ ਕੁਛ ਹੋਰ ਪੁੱਛਣਾ ਚਾਹੁੰਦੇ ਆ? ਕਹਿੰਦੇ ਨਹੀਂ, ਤੇਰੀ ਇੰਟਰਵਿਊ ਖਤਮ ਆ ਤੇ ਤੂੰ ਜਾ ਸਕਦਾ ਆ, ਬਾਕੀ ਤੈਨੂੰ ਮੇਲ ਕਰਾਂਗੇ ਜੋ ਵੀ ਡਿਸੀਜਨ ਹੋ ਜਾਂਦਾ। ਚਲੋ ਠੀਕ ਆ। ਭੁਪਿੰਦਰ, ਮੈਂ ਇੱਕ ਲੈਟਰ ਦੇਖ ਰਿਹਾ ਆਪਣਾ, ਜਿਹੜਾ ਤੁਹਾਡੀ ਫਾਈਲ ਲੱਗੀ ਸੀ March 2020 ਕੋਵਿਡ ਟਾਈਮ। ਹਾਂ, ਤੇ ਉਹਦੇ ਵਿੱਚ ਮੈਂ ਆਪਣੇ ਨੋਟਸ ਆਪ ਦੇਖ ਰਿਹਾ, ਕਿਉਂਕਿ ਮੈਨੂੰ ਤਾਂ ਚੇਤਾ ਭੁੱਲ ਗਿਆ ਕਿ ਵੀ ਮੈਂ ਲਿਖਿਆ ਕੀ ਸੀ ਉਹਦੇ ਵਿੱਚ। ਮੈਂ ਜੋ ਇੱਕ ਸਮਰੀ ਪਾਈ ਹੈ ਅਸੀਂ ਕਿ ਵੀ ਹਸਬੈਂਡ ਵਾਈਫ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ 2016 ਤੋਂ ਜੀ ਸਰ। ਦੈਟ ਮੀਨਸ ਕਿ ਪਿਛਲੇ ਸਾਲ 4 ਸਾਲ ਤੋਂ ਤੁਹਾਡਾ ਰਿਲੇਸ਼ਨਸ਼ਿਪ ਚੱਲ ਰਿਹਾ ਸੀ। ਸੋ ਮੈਰਿਜ ਵੀ ਤੁਹਾਡੀ, ਮੈਰਿਜ ਵੀ 2 ਸਾਲ ਮਗਰੋਂ ਹੋਈ ਹੈ, ਮਤਲਬ ਕਿ ਫਸਟ ਮੀਟਿੰਗ ਦੇ ਬਾਅਦ ਮੈਰਿਜ ਵੀ ਹੋਈ ਹੈ। ਅਤੇ ਉਹਨਾਂ ਨੇ ਕਿਉਂ ਸ਼ੱਕ ਪਾਇਆ, ਅਤੇ ਮਤਲਬ ਉਹਨਾਂ ਨੂੰ ਅਸੀਂ ਰਿਮਾਇੰਡ ਕਰਾਉਣਾ ਸੀ ਕਿ ਵੀ ਇਹ ਸਾਡਾ ਇੱਕ ਉਹ ਨਹੀਂ ਹੈ ਕਿ ਵੀ ਕੁਇਕ ਮੈਰਿਜ ਨਹੀਂ ਹੈ, ਇਹ ਸਾਡਾ ਬਹੁਤ ਪੁਰਾਣਾ ਰਿਸ਼ਤੇ ਚੱਲ ਰਹੇ ਹੈ। ਤੇ ਫਿਰ ਵਾਈਫ ਨੇ ਵੀ ਵਿਜ਼ਿਟ ਕੀਤਾ ਇੱਕ ਵਾਰ, December 2019 ਵਿੱਚ ਵਿਜ਼ਿਟ ਕਰਕੇ ਗਈ ਹੈ, ਰਾਈਟ? ਠੀਕ ਹੈ। ਅਤੇ ਸਾਰੇ ਜਿਹੜੇ ਮੈਰਿਜ ਦੇ ਸੈਰੇਮਨੀ ਜਿਵੇਂ ਹੁੰਦੇ ਆ ਸਾਡੇ ਸਮਾਜਿਕ, ਜਿਸ ਤਰ੍ਹਾਂ ਹੁੰਦੇ ਆ ਉਹ ਉੱਦਾਂ ਹੀ ਹੋਏ ਆ ਸਾਰੇ। ਅਤੇ ਸਾਰਾ ਇੱਕ ਉਹਦਾ
टाइम वाइज दिता हुआ है कि भाई इस तरह होया अगला इस तरह होया है। दूसरा जिथे तक उन्होंने पैसे के बारे शक किया पहला कि भी तुहाडी इनकम नहीं है, प्रॉपर फंड नहीं है, तो तुहाडे सारे अकाउंट में जिहड़े तुहाडे ओबीसी बैंक है, तुहाडे पत्नी का वाइफ का स्कोशिया बैंक है, उहदे विच किन्ने पैसे हैं, तो तुसीं जिन्ने पैसे ट्रांसफर किए अपनी वाइफ नूं सपोर्ट करने लई वह भी उहदी रसीदा लाई हुई हैं। जी सर बिल्कुल लाई हैं सर। सर वाइफ की स्टेटमेंट भी चेक की है जी, तो मैंने पूछा गया कि बैंक च दरअसल ना वाइफ की बैंक चाहगा $33,000 से जिदा अपने फाइल लाई थी और रिफ्यूज हो गया तो पैसे वापस आ गए ना, ते नाल मैं चेक दी भी लाई थी ना फोटो कापी, कहिंदे चलो ठीक है ना उहदा देखिया अकाउंट उहनां देखिया सीगा ना काफी फोटो लाई है मेरे ख्याल बहुत वधिया काम कीता है। ये सुखमन ने लाई है फोटो कि तुसी आप आप की सारा गाइड सुखमन भाजी ने कीता। अच्छा ਉਹਨੇ ਵੀ ਸਾਨੂੰ ਪਹਿਲੇ ਦਿਨ ਦੱਸਿਆ ਸੀ ਆਪਾਂ ਇਸ ਤਰੀਕੇ ਨਾਲ ਫੋਟੋਆਂ 2016 ਤੋਂ ਲਾਉਣੀਆਂ ਸ਼ੁਰੂ ਕਰਨੀਆਂ ਜੀ। ਹਾਂਜੀ 2016 ਤੋਂ ਲੈ ਕੇ ਇਕੱਲਾ ਇਕੱਲਾ ਉਹਨੇ ਹੀ ਲਵਾਇਆ। ਔਰ ਸਰ ਇਹ ਗੱਲ ਦੱਸਣੀ ਚਾਹੁੰਦਾ ਜਿੰਨੇ ਸਵਾਲ ਅੰਦਰ ਪੁੱਛੇ ਗਏ ਮੈਨੂੰ ਹੁਣ ਥੋੜ੍ਹੇ ਯਾਦ ਵੀ ਨਹੀਂ ਹੈਗੇ ਵੈਸੇ ਮੈਨੂੰ, ਅਤੇ ਜਿੰਨੇ ਭਾਜੀ ਨੇ ਮੈਨੂੰ ਲਿਖਾਏ ਸੀਗੇ ਮੈਂ ਯਾਦ ਕੀਤੇ ਸੀਗੇ 100% ਉਹੀ ਸਵਾਲ ਪੁੱਛੇ ਗਏ, ਇੱਕ ਵੀ ਸਵਾਲ ਕੋਈ ਬਾਹਰੋਂ ਨਹੀਂ ਪੁੱਛਿਆ ਗਿਆ ਜਿਹੜਾ ਨਹੀਂ ਲਿਖਾਇਆ ਗਿਆ। That's good. That's wonderful. That's wonderful. इसका मतलब कि वो जेडी ट्रेनिंग या जो भी कुछ वो प्रैक्टिस है वो कामयाब हो गई है। बिल्कुल सर बिल्कुल। मैं मेनू बहे 12 साल हो गए पढ़ाई छड़ी नु 2010 दी छड़ी हुआ। अच्छा 12 साल बाद मेनू तो अपनी वाइफ दा नंबर भी याद नहीं सीगा ना ही एड्रेस याद सीगा सच्ची गल है। ते जिस दिन पहले दिन भाई ने गल हुई भाई कहंदे मैं देखना तेनू की याद है ना, सैलरी घटी गा तो मार्च विच मेनू भी नहीं इस बारे पता सी सैलरी उदो वधी सीगी मेनू नहीं पता सी वधी या घटी मेनू याद नहीं सीगा खान पीन की पसंद है या पसंद है या नहीं पसंद ना मैं इदा दी गल्लां दस दियां सीगियां मेहनत करके आए हो देखते होना अगे की होना देखो स्क्रीन ते कुछ नजर आ रहा है नहीं सर स्क्रीन ते कुछ नजर नहीं आ रहा कुछ जरा कोई कागज स्क्रीन ब्लैक है सर ब्लैक है ये पता नहीं क्यों ये थोड़ी फोटो थोड़ी छोटी हो गई है पर स्क्रीन थोड़ी कुछ आ रहा है तो फोटो दे नाल जेड़ा खब्बे मतलब वो काफी ब्लैक आ रहा है सारा ब्लैक ही आ रहा है सर सारा ब्लैक आ रहा है चलो मैं एक बार आके ट्राई कर लेना नहीं है तो भाई फिर तो काम खराब है हाँ हूँ देखो आखिरी बार
नहीं नहीं सर, सेम है सर, सेम है। चलो कोई बाकी तुसी ठहर के देख लेना। भूपिंदर सिंह उन्होंने ताडा वीजा अप्रूव करता है। ओह माय गॉड, सच्ची सर, सच्ची ब्रदर, सच्ची मैं सच्ची मेनू सर यकीन नहीं हो रहा। मैं तो ना सच्ची गल दसा, जो मैं अंदर गया उन्होंने दे जो नहीं, मैं लगातार चार बार गल बार बार पूछी गई, तो मैं जो याद कि सारा भुल गया सी सच्ची गल दसा। हाँ क्योंकि मैं हम गल का पता ही है, तो मैं इस गल का थोड़ा जहा यानि कि चोर न अपना डर होंगे ना। चलो कोई गल नहीं, कोई छोड़ दो, कोई नहीं, पर जो पुराना हो गया भूपिंदर, ते ਤੁਹਾਡਾ ਵੀਜ਼ਾ ਹੋ ਗਿਆ, ਵੀਜ਼ਾ ਅਪਰੂਵ ਹੋ ਗਿਆ ਹੈ, ਅਤੇ ਆਪਣੇ ਵਾਈਫ ਨੂੰ ਵਧਾਈਆਂ ਦਿਓ ਜ਼ਰੂਰ, ਅਤੇ ਉਹਨਾਂ ਸਰ ਬਿਲਕੁਲ ਉਹਨਾਂ ਨੂੰ ਕਹੋ ਕਿ ਤਿਆਰੀ ਕਰੇ, ਅਤੇ ਸਰ ਵਧਾਈਆਂ ਪਹਿਲਾਂ ਤੁਹਾਨੂੰ ਅਤੇ ਸੁਖਮਨ ਭਾਜੀ ਨੂੰ, ਤੁਸੀਂ ਬਹੁਤ ਮਿਹਨਤ ਕੀਤੀ ਹੈ। ਇਹ ਤਾਂ ਸਾਰਾ ਸਾਰਾ ਸੁਖਮਨ ਨੇ ਉਹ ਬਣਾਇਆ ਸਾਰਾ ਕੰਮ ਹੈ। ਬਿਲਕੁਲ ਸਰ ਬਿਲਕੁਲ, 2.25 ਸਾਲ ਹੋ ਗਏ ਅੱਜ। ਜੀ, ਭਾਜੀ ਨੂੰ ਜਦੋਂ ਅੱਧੀ ਰਾਤ ਨੂੰ ਵੀ ਫੋਨ ਕਰਦੀ ਹੈ, ਸਰ ਜਿੱਦਣ ਮੇਰੀ ਇੰਟਰਵਿਊ ਸੀ ਨਾ, ਤੇ ਮੇਰੇ ਖਿਆਲ ਨਾਲ ਮੇਰੇ ਵੀ ਇੱਥੇ 1 ਵਜਾ ਸੀ, ਤੁਹਾਡੇ ਵੀ 1-2 ਵਜੇ ਹੋਣੇ ਰਾਤ ਦੇ। ਤੁਹਾਡੀ ਕਾਲ ਮੈਨੂੰ ਇੰਟਰਵਿਊ ਤੋਂ ਪਹਿਲਾਂ ਵੀ ਆਈ, ਤੇ ਬਾਅਦ ਚ ਵੀ ਆਈ, ਤੇ ਸੁਖਮਨ ਭਾਜੀ ਦੀ ਵੀ ਆਈ। ਤੇ ਮੈਂ ਘਰ ਵੀ ਨੀ ਪਹੁੰਚਿਆ ਸੀ, ਭਾਜੀ ਨੇ ਤੜਕੇ 5-6 ਵਜੇ ਮੈਨੂੰ ਫੇਰ ਕਾਲ ਕੀਤੀ ਹੈ ਨਾ, ਦੱਸ ਮੈਨੂੰ ਕਿੱਦਾਂ ਹੋਈ। ਇੰਨੀ ਟੈਨਸ਼ਨ ਸੀ ਉਹਨਾਂ ਨੂੰ, ਜਾਣੀ ਕਿ ਉਹਨਾਂ ਦੀ ਬਹੁਤ ਮਿਹਨਤ ਆ। ਪਰ ਮੈਨੂੰ ਭਾਜੀ ਨੇ ਇੱਕ ਗੱਲ ਜ਼ਰੂਰ ਕਹੀ ਸੀਗੀ ਪਹਿਲੇ ਦਿਨ ਹੀ, ਜਿੱਦਣ ਤੁਹਾਡੇ ਨਾਲ ਅਸੀਂ ਹੈ ਨਾ ਗੱਲ ਕੀਤੀ ਆ, ਭਾਜੀ ਕਹਿੰਦੇ ਹੈਗੇ ਕਿ ਸਬਰ ਰੱਖਣਾ ਪੈਣਾ ਆ, ਪੇਸ਼ੈਂਸ ਰੱਖਿਓ, ਕਾਹਲੇ ਨਾ ਪਿਓ। ਲੋਕੀ ਕਈ ਕਾਹਲੇ ਬਹੁਤ ਪੈਂਦੇ ਆ ਨਾ, ਮੈਂ ਕਹਿੰਦਾ ਸਰ ਸਬਰ ਰੱਖਾਂਗੇ ਬਿਲਕੁਲ, ਹੈ ਨਾ, ਤੇ ਉਹੀ ਗੱਲ ਸੱਚੀ, ਸਬਰ ਦਾ ਫਲ ਮਿੱਠਾ ਹੁੰਦਾ। ਮੈਂ ਤੇ ਉਹਨਾਂ ਨੂੰ ਲੋਕਾਂ ਨੂੰ ਹੌਸਲਾ ਦੇਣਾ ਚਾਹੁੰਦਾ ਕਿ ਵੀ ਜਿਹੜੇ ਲੋਕ ਇਸ ਵਕਤ ਇੰਟਰਵਿਊ ਦੀ ਤਿਆਰੀ ਕਰਨ ਲਈ ਅਪਰੋਚ ਕਰਦੇ ਆ ਕਿ ਵੀ ਸਾਡੀ ਤਿਆਰੀ ਕਰਾ ਦਿਓ, ਸਾਡੀ ਜੀ ਵੀਜ਼ਾ ਕਿਵੇਂ ਮਿਲੇਗਾ ਕੀ ਹੈ, ਤੇ ਐਟ ਲੀਸਟ ਤੁਹਾਡੇ ਐਗਜ਼ਾਮਪਲ ਨੂੰ ਦੇਖ ਕੇ ਉਹਨਾਂ ਨੂੰ ਕੁਝ ਸਿੱਖਿਆ ਮਿਲੇਗੀ। ਸਰ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਆ, ਜੇ ਮੈਂ ਨਾ ਤਿਆਰੀ ਨਾ ਕੀਤੀ ਹੁੰਦੀ ਤੇ ਸ਼ਾਇਦ ਇਹ ਦਿਨ ਨਾ ਆਉਂਦਾ। ਮੈਨੂੰ ਕੁਛ ਵੀ ਯਾਦ, ਮੈਨੂੰ ਵਾਈਫ ਦਾ ਨੰਬਰ ਵੀ ਯਾਦ ਨਹੀਂ ਸੀਗਾ, ਐਡਰੈਸ ਵੀ ਯਾਦ ਨਹੀਂ ਸੀ, ਛੋਟੀਆਂ ਛੋਟੀਆਂ ਗੱਲਾਂ। ਜਿਹਦੀ ਸੁਖਮਨ ਭਾਈ ਨੇ ਤਿਆਰੀ ਕਰਾਈ ਆ, ਜੇ ਮੈਨੂੰ ਉਹਨੇ 50 ਕੁਐਸਚਨ ਲਿਖਾਏ ਸੀ ਨਾ, 50 ਚੋਂ ਨੀ, ਜੇ ਉਹਨੇ 50 ਚੋਂ 35 ਪੁੱਛੇ ਨਾ, 35 ਉਹੀ ਪੁੱਛੇ ਜੋ ਭਾਈ ਨੇ ਲਿਖਾਏ ਸੀ ਨੇ। ਇਵੇਂ ਲੱਗਦਾ ਕਿ ਕੁਐਸਚਨ ਪਰ ਲੀਕ ਆਊਟ ਹੋ ਗਿਆ ਸਰ। ਨਹੀਂ ਲੀਕ ਆਊਟ ਤਾਂ ਨਹੀਂ ਹੋਇਆ, ਪਰ ਤਜਰਬਾ ਤੁਹਾਡਾ ਤੇ ਭਾਜੀ ਹੋਣਾ ਦਾ। ਜੀ, ਤਜਰਬਾ, ਤੁਸੀਂ ਰੋਜ਼ ਕੰਮ ਕਰਦੇ ਹੈ। ਚਲੋ, ਥੈਂਕ ਯੂ ਵੈਰੀ ਮੱਚ ਭੁਪਿੰਦਰ, ਕਰੋ ਹੁਣ ਆਰਾਮ। ਬਹੁਤ ਮਿਹਰਬਾਨੀ ਸਰ। ਉਹਨੇ 10 ਵਜ ਕੇ ਵਜਣ ਦੇ ਅਮਰੀਕਾ, ਤੁਹਾਡੇ ਵਾਈਫ ਨੂੰ ਵੀ ਹਾਲੇ ਪਤਾ ਨਹੀਂ ਹੈ, ਉਹਨੂੰ ਭਾਵੇਂ ਤੁਸੀਂ ਦੱਸ ਦਿਓ। ਨਹੀਂ ਪਤਾ ਨਹੀਂ, ਉਹਨਾਂ ਦੀ ਮੈਨੂੰ ਬਾਰ ਬਾਰ ਮੈਸੇਜ ਆ ਰਹੇ ਸੀ, ਸਰ ਨਾਲ ਗੱਲ ਕਰੋ, ਸਰ ਨਾਲ ਗੱਲ ਕਰੋ, ਬਾਰ ਬਾਰ ਆ ਰਹੇ ਸੀ। ਸਰ ਆਪਣਾ ਅੱਜ ਹੋਇਆ ਜੀ, ਕੱਲ੍ਹ ਹੋਇਆ ਜਾਂ? ਹਾਂਜੀ, ਇਹ ਵੀਜ਼ਾ ਅਪਰੂਵ ਅੱਜ ਹੋਇਆ ਜਾਂ ਕੱਲ੍ਹ ਹੋਇਆ ਸਰ? ਜੀ ਅੱਜ ਹੀ ਹੋਇਆ, ਕੱਲ੍ਹ ਤੁਹਾਡਾ ਇੰਟਰਵਿਊ ਹੋਇਆ, ਅੱਜ ਵੀਜ਼ਾ ਅਪਰੂਵ ਹੋ ਗਿਆ, ਤੇ ਸ਼ਾਮ ਨੂੰ ਅੱਜ ਦਿੱਲੀ ਟਾਈਮ 4 ਵਜੇ ਆ ਗਿਆ ਮੈਸੇਜ। ਸੋ ਕੋਈ ਚੱਕਰ ਨਹੀਂ, ਕੱਲ੍ਹ ਤੁਸੀਂ ਆਪਣਾ ਪਾਸਪੋਰਟ ਲਿਸ਼ਕਾ ਕੇ ਲਿਜਾਓ, ਜਾ ਕੇ VFS ਨੂੰ ਦਿਓ, ਜਾ ਕੇ ਜਮ੍ਹਾਂ ਕਰਾਓ, ਅਤੇ ਆਪਣਾ ਅਗਰ ਵਿਦਿਨ 2-3 ਵੀਕਸ ਯੂ ਆਰ ਰੈਡੀ ਟੂ ਗੋ ਟੂ ਕੈਨੇਡਾ, ਮਤਲਬ ਕਿ 2-3 ਹਫ਼ਤੇ ਬਾਅਦ ਤੁਸੀਂ ਕੈਨੇਡਾ ਦੀ ਚੜ੍ਹਾਈ ਕਰ ਸਕਦੇ ਹੋ। ਓਕੇ ਸਰ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ, ਕੰਗ੍ਰੈਚੁਲੇਸ਼ਨਸ ਵਨ ਮੋਰ ਟਾਈਮ, ਥੈਂਕ ਯੂ, ਥੈਂਕ ਯੂ ਸਰ।